ਪੈਰੈਂਟਸ ਅਗਾਰੀਓ ਸਾਧ ਸੰਗਤ ਜੀ ਆਪਣੀ ਰਚਨਾ ਨੂੰ ਪਵਿੱਤਰ ਕਰੀਏ ਤੇ ਆਖੀਏ ਧਾਂਸੇ ਸਾਗੂ ਜਗਜੀਤ ਸਿੰਘ ਜੀ ਸਮੇਂ ਦੇ ਮਾਲਿਕ ਨੂੰ ਯਾਦ ਕਰੀਏ ਤੇ ਆਖੀਏ ਧਾਂਸੇ ਸਾਧਗੁਰੂ ਉਦੇਸ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਟਾਈਟਲ ਹੈ ਜਨ ਕੋ ਪ੍ਰਭ ਹੋਇਓ ਦਇਾਲ ਸੇਵਕਿਨੋ ਸਦਾ ਨਿਹਾਲ ਸਾਗੂ ਜਗਜੀਤ ਸਿੰਘ ਜੀ ਧਾਂ ਹਨ ਉਹਨਾਂ ਦੀ ਵਰਸਾਏ ਹੋਈ ਰਜਾ ਵਿੱਚ ਰਾਜੀ ਰਹਿਣ ਵਾਲੀ ਸਿੱਖ ਵੀ ਤਨ ਤਨ ਹਨ ਇਹ ਕਿਹੋ ਜਿਹੀ ਸਿੱਧਕੀ ਸਿੱਖ ਦੀ ਵਾਰਤਾ ਹੈ ਜੋ ਸਾਗੁਰ ਜਗਜੀਤ ਸਿੰਘ ਜੀ ਨੇ ਜਿਸ ਦੀ ਤੁਲਨਾ ਭਾਈ ਭਖਾਰੇ ਨਾਲ ਕੀਤੀ ਡਲਟਨਗੰਜ ਰਹਿਣ ਵਾਲੇ ਸੰਤ ਅਜੀਤ ਸਿੰਘ ਜੀ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਸੀ ਇਹ ਵਾਰਤਾ ਸਤੰਬਰ 1990 ਸੰਦੀ ਹੈ ਉਹਨਾਂ ਦਾ 16 ਸਾਲ ਦਾ ਬੇਟਾ ਗੁਰਸੇਵ ਆਪਣੇ ਦੋਸਤਾਂ ਨਾਲ ਸੈਰ ਕਰਨ ਗਿਆ ਉੱਥੇ ਇੱਕ ਤਲਾਬ ਵਿੱਚ ਕਮਲ ਦਾ ਫੁੱਲ ਖਿੜਿਆ ਹੋਇਆ ਸੀ ਉਹ ਆਪਣਾ ਸਕੂਟਰ ਖੜਾ ਕਰਕੇ ਫੁੱਲ ਤੋੜਨ ਚਲਾ ਗਿਆ ਫੁੱਲ ਤੋੜ ਕੇ ਲੈ ਆਇਆ ਉਸ ਨੂੰ ਇੱਕ ਹੋਰ ਫੁੱਲ ਦੇਖ ਪਿਆ ਉਹ ਦੂਸਰਾ ਫੁੱਲ ਤੋੜਨ ਵਾਸਤੇ ਤਲਾਬ ਵਿੱਚ ਵੜ ਗਿਆ ਉਹਨੂੰ ਨਹੀਂ ਸੀ ਪਤਾ ਕਿ ਇਹ ਫੁੱਲ ਤੇ ਮੇਰੇ ਕਾਲ ਦਾ ਕਾਰਨ ਹੈ ਫੁੱਲ ਵਾਲੀ ਥਾਂ ਤੇ ਦਲਦਲ ਸੀ ਉਹ ਦਲਦਲ ਵਿੱਚ ਫਸ ਗਿਆ ਉਦੇ ਦੋਸਤਾਂ ਨੇ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪਿੰਡ ਵਾਲਿਆਂ ਨੂੰ ਵੀ ਬੁਲਾਇਆ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਨਾ ਸਕਿਆ ਉੱਥੇ ਹੀ ਚੜ੍ਹਾਈ ਕਰ ਗਿਆ ਉਸਦੇ ਦੋਸਤ ਬੜੀ ਦੁਖੀ ਹੋਏ ਉਹਨਾਂ ਨੇ ਚੁੱਕ ਕੇ ਉਹਨੂੰ ਕਾਰ ਵਿੱਚ ਪਾਇਆ ਅਤੇ ਉਸਦੇ ਘਾਰ ਲਿਆ ਕੇ ਇੱਕ ਚੌਂਕੀ ਤੇ ਲਟਾ ਦਿੱਤਾ ਘਰ ਵਿੱਚ ਸਨਾਟਾ ਛਾ ਗਿਆ ਸੰਤ ਅਜੀਤ ਸਿੰਘ ਜੀ ਪੁੱਤਰ ਜੀ ਦੀ ਲਾਸ਼ ਵੇਖ ਕੇ ਰੋਏ ਨਹੀਂ ਐ ਰਿ ਆਖਿਆ ਕਿ ਜਿਸ ਦੀ ਵਸਤੂ ਸੀ ਉਹ ਲੈ ਗਿਆ ਹੈ ਆਪਣੀ ਘਰ ਵਾਲੀ ਨੂੰ ਵੀ ਇਹੀ ਕਿਹਾ ਕਿ ਤੂੰ ਬਿਲਕੁਲ ਨਹੀਂ ਰੋਣਾ ਗੁਰੂ ਤੋਂ ਬੇਮੁਖੀ ਹੁੰਦੀ ਹੈ ਸ਼ਹਿਰ ਦੇ ਲੋਕੀ ਵੇਖ ਕੇ ਘਬਰਾ ਗਏ ਸੰਤ ਅਜੀਤ ਸਿੰਘ ਜੀ ਕੋਠੇ ਤੇ ਚੜ ਕੇ ਗੁਟਕੇ ਵਿੱਚੋਂ ਸ਼ਬਦ ਲੱਭ ਲਾਗ ਪਏ ਕਿ ਗੁਰਸੇਵ ਨੂੰ ਹੁਣ ਲੈ ਕੇ ਜਾਣਾ ਹੈ ਕਿਹੜਾ ਸ਼ਬਦ ਪੜਨਾ ਹੈ ਗੱਲ ਵਿੱਚ ਢੋਲ ਕੀ ਪਾ ਕੇ ਸ਼ਬਦ ਪੜਦਿਆਂ ਉਸ ਨੂੰ ਲੈ ਕੇ ਗਏ ਕਾਰਵਲੀ ਨੂੰ ਕਹਿ ਗਏ ਕਿ ਤੂੰ ਬੀਬੀਆਂ ਦੇ ਕੋਲ ਨਾ ਬੈਠੀ ਉਹ ਗੱਲਾਂ ਕਰਨਗੀਆਂ ਤੇ ਤੂੰ ਰੋਵੇਂਗੀ ਲੰਗਰ ਵਿੱਚ ਲੱਗੀ ਰਹਿ ਜਿਹੜਾ ਆਵੇ ਉਹਨੂੰ ਪ੍ਰਸ਼ਾਦਾ ਛਕਾ ਕੇ ਭੇਜੀ ਭੋਗ ਪਾਣ ਤੋਂ ਬਾਅਦ ਕਹਿਣ ਲੱਗੇ ਕਿ ਦਿਲ ਕਰਦਾ ਹੈ ਕਿ ਭੈਣਿਸਹਿ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਚੱਲੀਏ ਭੈਣਿਸਹਿ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ ਕੀਤੀ ਕਿਰਪਾ ਕਰੋ ਸਾਡਾ ਮਾਨ ਬਣੇ ਸੱਚੇ ਪਾਤਸ਼ਾਹ ਜੀ ਖਲੋਤੇ ਹੋਏ ਸਨ ਉਹਨਾਂ ਨੇ ਸੰਤ ਅਜੀਤ ਸਿੰਘ ਜੀ ਨੂੰ ਜੱਫੀ ਵਿੱਚ ਲੈ ਕੇ ਬਚਨ ਕੀਤਾ ਕਿ ਅਜੀਤ ਸਿੰਘ ਜਿਸ ਤਰ੍ਹਾਂ ਦਾ ਤੇਰਾ ਮਾਨ ਬਣਿਆ ਹੈ ਮੈਂ ਕਹਿਣਾ ਹਾਂ ਕਿ ਸਾਰਿਆਂ ਦਾ ਹੀ ਮਾਨ ਬਣੇ ਨਾਲ ਹੀ ਬਚਨ ਕੀਤਾ ਕਿ ਸਤਿਗੁਰੂ ਨੇ ਹੁਣ ਇਹ ਵੀ ਇੱਕ ਜਾਮਣ ਰੱਖਿਆ ਹੋਇਆ ਹੈ ਹੁਣ ਵੀ ਭਾਈ ਭਿਖਾਰੀ ਹੈ ਤਾਂ ਹਨ ਸਿੱਖਾਂ ਨੂੰ ਨਿਵਾਜਣ ਵਾਲੇ ਅਕਾਲ ਪੁਰਖ ਸੱਚੀ ਬਾષા ਸਭੂ ਜਗਜੀਤ ਸਿੰਘ ਜੀ ਆ ਉਸ ਵੀ ਉਹਨਾਂ ਦੀ ਚੜਣਾ ਵੀ ਚਰਦਾਸ ਕਰੀਏ ਕਿ ਸਾਨੂੰ ਵੀ ਪਾਣਾ ਮੰਨਨ ਦਾ ਬਲ ਬਖਸ਼ਣ ਤਾਂਸੀ ਸਾਗੂ ਜਗਜੀਤ ਸਿੰਘ ਜੀ